ਹਾਂਜੀ ਕਿਸਾਨ ਵੀਰੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ, ਅੱਜ ਦੀ ਆਪਣੀ ਜਿਹੜੀ ਵਿਜਿਟ ਹੈਗੀ ਆ, ਪਿੰਡ ਬੁਰਜ ਨੱਥੂਕੇ ਹੈਗੀ ਆ ਜੀ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਲੱਗਦਾ ਹੈਗਾ, ਅਤੇ ਵੀਰ ਹੈਪੀ ਦੇ ਘਰ ਜਿਹੜੀ ਪਹੁੰਚ ਆ। ਅਤੇ ਐਨੀਮਲ ਜਿਹੜੇ ਆ ਦੋਸਤੋ, ਤੁਹਾਨੂੰ ਅੱਜ ਆਪਾਂ ਦੋ ਬਿਲਕੁਲ ਸੱਜਰ ਸੂਈਆਂ ਜਿਹੜੀਆਂ ਵਹਿੜਾਂ ਦਿਖਾਉਣੀਆਂ ਨੇ, ਅਤੇ ਤਿੰਨ ਵਹਿੜਾਂ ਹੋਣਗੀਆਂ ਤਕਰੀਬਨ ਜਿਹੜੀਆਂ ਦੋਸਤੋ, ਦੋ ਵਹਿੜਾਂ ਉਹਨਾਂ ਦੇ ਵਿੱਚੋਂ ਹੋਣਗੀਆਂ ਜਿਹੜੀਆਂ ਤੋਕੜ ਅਤੇ ਗੱਬਣ ਨੇ, ਅਤੇ ਇੱਕ ਹਜੇ ਕੱਚੀ ਹੈ ਤਾਂ ਘੱਟੋ ਘੱਟ 20 ਦਿਨਾਂ ਦੀ ਜਰਸੀ ਦੇ ਵਿੱਚ ਵਹਿੜ। ਠੀਕ ਆ ਜੀ, 16 ਫਰਵਰੀ ਨੂੰ ਆਪਾਂ ਜਿਹੜੀ ਇਹ ਵੀਡੀਓ ਬਣਾ ਰਹੇ ਹਾਂ, ਅਤੇ ਸਮਾਂ ਜਿਹੜਾ ਦੋਸਤੋ 10 ਵਜੇ ਦਾ ਮੋਰਨਿੰਗ ਦਾ ਹੈਗਾ, ਸਵੇਰ ਦੇ 10 ਵਜੇ ਆ, ਅਤੇ ਪ੍ਰੋਪਰ ਇਨਫੋਰਮੇਸ਼ਨ ਆਪਾਂ ਬਾਈ ਹੈਪੀ ਤੋਂ ਲੈ ਕੇ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ। ਠੀਕ ਆ ਜੀ, ਵਧੇਰੇ ਡਿਟੇਲ ਦੇ ਲਈ ਚੱਲਦੇ ਹਾਂ ਬਾਈ ਹੈਪੀ ਦੇ ਕੋਲ, ਪੁੱਛ ਲੈਂਦੇ ਹਾਂ ਕੀ ਇਨਫੋਰਮੇਸ਼ਨ ਹੈਗੀ ਆ ਇਹਨਾਂ ਵਹਿੜਾਂ ਦੇ ਸੰਬੰਧ ਵਿੱਚ। ਸਭ ਤੋਂ ਪਹਿਲਾਂ ਵੀਰ ਹੈਪੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਠੀਕ ਠਾਕ ਹੋ ਜੀ? ਹਾਂਜੀ, ਵਧੀਆ ਜੀ। ਅਤੇ ਹੈਪੀ ਭਾਈ, ਅੱਜ 5 ਵਹਿੜਾਂ ਹੈਗੀਆਂ ਘੱਟੋ ਘੱਟ? ਪੰਜ ਆ ਜੀ, ਜਿਹਨਾਂ 'ਚ ਤੋਕੜ ਗੱਬਣ 2 ਵਹਿੜਾਂ ਹੈਗੀਆਂ। ਤੋਕੜ ਗੱਬਣ ਵੀ ਹੈਗੀ ਆ, ਇੱਕ ਜਰਸੀ ਵੱਛੀ 15 ਦਿਨਾਂ ਦੀ ਕੱਚੀ ਆ। ਠੀਕ ਆ, ਦੋ ਤਾਜ਼ੀਆਂ ਸੀ? ਦੋ ਤਾਜ਼ੀਆਂ ਸੀ। ਠੀਕ ਆ, ਹਾਂਜੀ। ਅਤੇ ਪਹਿਲੀ ਇਹ ਕਾਲੀ ਵਹਿੜ ਜਿਹੜੀ ਆਪਣੇ ਵੀ ਹੈਗੀ ਆ, ਇਹਦੀ ਕੀ ਰਿਪੋਰਟ ਆ ਅੱਜ? ਇਹ ਭਾਜੀ ਦੂਜਾ ਸੂਆ ਸੂਈ ਆ ਵੱਛੀ। ਅੱਛਾ ਜੀ, ਹਾਂਜੀ, ਅੱਜ ਤੀਜਾ ਦਿਨ ਮਗਰ ਵੀ ਵੱਛੀ ਆ। ਠੀਕ ਆ, ਮਗਰ ਵੀ ਵੱਛੀ ਇਹਦੇ? ਹਾਂਜੀ। ਤੇ ਆਪ ਪਹਿਲ ਨਾਲ ਜੋ ਵੱਛੀ ਆ ਵੇ? ਠੀਕ ਆ, ਨਾੜੂ ਨਾਲ ਬੱਚੇ ਦੇ, ਤੇ ਆਪ ਪਹਿਲਾਂ ਨੇ ਕਿ ਦੂਜੇ ਸੂਏ? ਦੂਜੇ ਸੂਏ ਜੀ, ਦੂਜਾ ਨਾ। ਠੀਕ ਆ, ਠੀਕ ਆ, ਨਾੜੂ ਹੈਗਾ ਨਾਲ ਦੋਸਤੋ, ਦੂਜਾ ਸੂਆ ਹੈ ਨਾ। ਹਾਂਜੀ, ਤੇ ਥਣ ਥੁਣ ਦੀ ਜਿਹੜੀ ਹੈਗੀ ਤੁਸੀਂ ਜ਼ਰੂਰ ਚੈੱਕ ਕਰ ਲਓ। ਕਿੰਨਾ ਕੁ ਪੌੜਾ ਹੈਗਾ ਬਾਈ? ਵੀਰ ਜੀ 15 ਕਿਲੋ ਮੇਰੇ ਭਰਾ ਕੋਈ ਲੀਟਰ ਮਾਰ ਲਏ। ਠੀਕ ਆ ਜੀ, ਮੇਰੇ ਘਰੇ। ਠੀਕ ਆ, ਹਾਂਜੀ, 15 ਲੀਟਰ ਹੈ। ਹਾਂਜੀ, ਠੀਕ ਆ ਵੀਰ, ਜਿੱਦਾਂ ਮਰਜ਼ੀ ਕੋਈ 2 ਟਾਈਮ 3 ਟਾਈਮ ਆਪਦਾ ਤਸੱਲੀ ਕਰੇ। ਠੀਕ ਆ, ਹਾਂਜੀ, ਚਵਾਈ ਸਾਰੇ ਚਾਰਾਂ ਥਾਣਾਂ ਦੀ ਵਧੀਆ। ਮੈਂ ਕਹਿੰਦਾ ਭੂੜ ਛਿੱਟਾ ਥਾਣ ਵੱਧ ਘਟੂ, ਆਪਣੀ ਜ਼ਿੰਮੇਵਾਰੀ ਹੋਊਗੀ। ਠੀਕ ਆ ਭਰਾ ਜੀ, ਲਓ ਵੀ ਦੋਸਤੋ ਕਰੋ ਚੈੱਕ, ਖੋਲ੍ਹ ਕੇ ਆਪਾਂ ਤੁਹਾਨੂੰ ਬਾਹਰ ਤਸੱਲੀ ਦੇਣਾ ਦਿਖਾਉਂਦੇ ਹਾਂ। ਦੂਜਾ ਸੂਆ ਤੇ ਪਰਸੋਂ ਦੀ ਸੂਈ ਆ, ਠੀਕ ਆ, ਅੱਜ 3 ਕੁ ਦਿਨ ਦਾ ਸਮਾਂ ਹੋ ਗਿਆ, ਮਗਰ ਵੀ ਜਿਹੜੀ ਤੀਜਾ ਦਿਨ ਆ, ਜੇ ਮਗਰ ਵੀ ਜਿਹੜੇ ਬੱਚਾ ਹੈਗਾ ਵੱਛੀ ਆ, ਵੱਛੀ ਜ਼ਰੂਰ ਦਿਖਾਓਗੇ। ਆ ਕਰੋ ਚੈੱਕ, ਨਾਲ ਵੱਛੀ ਆ। ਠੀਕ ਆ, ਵੱਛੀ ਭਾਜੀ ਜਰਸੀ ਸ਼ਾਹੀ ਆਲ ਜੀ। ਹਾਂ, ਵੱਛੀ ਚੰਗੀ ਆ, ਨਸਲ ਦੀ ਪਿੱਛੇ ਵੱਛੀ ਆ। ਤੇ ਹੈਪੀ ਬਾਈ ਖੋਲ੍ਹ ਕੇ ਦਿਖਾਈਏ, ਆਪ ਵੀ ਆ ਗਈ ਥੋੜੀ ਸ਼ਾਹੀਵਾਲ ਦਾ ਕਰੋਸ ਆ ਗਈ। ਠੀਕ ਆ, ਬਲੈਕ ਹੈਗੀ ਦੋਸਤੋ ਸ਼ਾਹੀਵਾਲ ਦੇ ਵਿੱਚ ਕਰੋਸ ਆ। ਠੀਕ ਆ ਜੀ, ਐਚ ਐਫ ਸ਼ਾਹੀਵਾਲ ਦਾ ਚਾਹੇ ਕਰੋਸ ਤੁਸੀਂ ਮੰਨ ਲਓ, ਅਤੇ ਹਵਾਨਾ ਬਿਲਕੁਲ ਸੋਹਣਾ ਲੱਗਾ ਹੈਗਾ ਵੈੜ ਨੂੰ, ਥਣਾ ਥੁਣਾ ਦੀ ਬਣਤਰ ਚੰਗੀ ਆ, ਅਤੇ ਰਾਜੀ ਵੈੜ ਆ। ਠੀਕ ਆ, ਤੋਰੋ ਜੀ, ਆ ਕਰੋ ਚੈੱਕ। ਠੀਕ ਆ, ਇਹਨੂੰ ਇਹਨੂੰ ਘੁਮਾ ਕੇ ਨਾ ਮੋੜ ਲੈ ਕੇ ਇੱਥੇ ਰੋਕ ਲਓ, 2 ਮਿੰਟ ਦਿਖਾ ਦਈਏ ਬੈਕ ਸਾਈਡ ਤੋਂ। ਆਹ ਵੇਖੋ ਦੋਸਤੋ, ਠੀਕ ਆ, ਇੱਕ ਰੰਗ ਆ, ਠੀਕ ਆ ਜੀ, ਬਲੈਕ ਹੈਗੀ ਆ, ਸਾਰੀ ਬਲੈਕ ਆ, ਟੋਟਲ ਬਿਲਕੁਲ ਕਾਲੇ ਰੰਗ ਦੀ ਵੈੜ ਆ, ਅਤੇ ਹਵਾਨਾ ਹੋਣ ਦਾ ਸਟਰੈਕਚਰ ਤੁਸੀਂ ਵੇਖ ਲਓ, ਚੰਗਾ ਸੋਹਣਾ ਹਵਾਨਾ ਹੈਗਾ। ਠੀਕ ਆ, ਕੋਈ ਗੱਲ ਨਹੀਂ, ਠੀਕ ਆ। ਅਤੇ 15 ਕੁ ਲੀਟਰ ਦੀ ਵੀਰਾਂ ਦਾ ਵੀ ਹੁਣ ਬੋਲੇ ਦੇ ਵਿੱਚ ਆ, ਤਕਰੀਬਨ 15 ਲੀਟਰ ਦੀ ਚਵਾਈ ਤੁਸੀਂ ਕਰ ਲਿਓ, 7:30 ਕੇ ਨੇੜੇ ਤੇੜੇ ਜਿਹੜਾ 2 ਟਾਈਮ ਦਾ ਦੁੱਧ ਜਿਹੜਾ ਹੁਣ ਚਬਾਉਣ ਦੀ ਬੋਲੇ ਦੇ ਵਿੱਚ। ਅਤੇ ਹੈਪੀ ਭਾਈ, ਕਿੰਨਾ ਕੁ ਮੁੱਲ ਲੈਂਦਾ, ਕੀ ਡਿਮਾਂਡ ਹੈ ਭਾਈ? ਇਹਦੇ ਨਾਲ ਆਪਾਂ ਗਿਫਟ ਦੇਣਾ ਜੋ। ਅੱਛਾ ਜੀ, 4 ਮਹੀਨੇ ਦੀ ਗਾਂ ਕੱਢਣਾ, 5 ਕਿਲੋ ਦੁੱਧ ਦਾ ਮੁੱਲ 55,000 ਰੁਪਇਆ ਨਾਲ ਫ੍ਰੀ ਦੇ ਦਿਆਂਗੇ। ਹਾਂ, 55,000 ਤੋਂ 200 ਰੁਪਇਆ ਛੋੜ ਕਰੂੰਗਾ, 20 ਕਿਲੋ ਵੱਛੀ ਦੁੱਧ ਚਵਾਓਗੇ ਤੇ 8-10 ਹਜ਼ਾਰ ਦੀ ਗਾਂ ਉਹ ਆ। ਬਿਲਕੁਲ, ਗੱਪਣਾ ਪਾ ਦੂੰਗਾ ਮੈਂ, ਗੱਪਣ ਵੀ ਤੋਕੜ ਵੀ ਹੈ, ਚੈੱਕ ਪਾਸ ਆ, 4 ਮਹੀਨਿਆਂ ਦੀ 5 ਕਿਲੋ ਦੁੱਧ ਦਾ 55,000 ਦੇ ਨਾਲ ਦੇ ਦੂੰਗਾ ਜੀ। ਤੇ ਚਾਰੇ ਥਣ ਚੱਲਦੇ ਹੁੰਦੇ? ਉਹਦਾ ਭਾਈ ਸਾਨੂੰ ਸਖਤ ਜ਼ਰੂਰ ਦੱਸਿਆ ਆਪ ਤੁਸੀਂ ਵੀਡੀਓ ਜੀ ਪਾਈ ਸੀ। ਅੱਛਾ, ਤੇ ਉਹਦਾ ਵੀਰ ਫਿਰ ਹੁਣ ਮੌਕੇ ਦਾ ਕਿੰਨਾ ਦੁੱਧ ਸੀਗਾ? 5 ਕਿਲੋ ਦੁੱਧ ਆਈ ਥੱਲੇ, 5 ਕਿਲੋ ਦਾ ਦੁੱਧ ਹੈ, ਤੇ ਇਹ ਵੈੜ ਦੇ ਨਾਲ ਉਹ ਫ੍ਰੀ। ਅੱਛਾ,
ਤਾਜ਼ੀ ਬਿਲਕੁਲ ਸੂਈ ਸਵਾਈ ਹੈ ਸ਼ਾਹੀਵਾਲ ਦੇ ਵਿੱਚ ਕਰੋਸ ਅੰਗ ਦੇ ਵਿੱਚ ਐਚ ਐਫ ਤੇ ਮਗਰ ਵੱਛੀ ਹੈ ਮਗਰ ਵੱਛੀ ਆ ਭਾਜੀ ਤਿੰਨ ਫੇਲ ਮਿਲਦੀਆਂ 55,000 ਚ ਇੱਕ ਵੱਛੀ ਇੱਕ ਗਾਂ ਤੋਕੜ ਗੱਭਣ ਇੱਕ ਹੈ ਗਾਂ ਵੱਖਰੇ ਤੌਰ ਤੇ ਵੀ ਕੋਈ ਗੱਲਬਾਤ ਦੱਸਣੀ ਹੋਈ ਨਾ ਵੀ ਲਊਗਾ ਨਾ ਫਿਰ ਆਪਾਂ 2,50,000 ਦੀ ਦੇਵਾਂਗੇ ਠੀਕ ਆ ਜੈਸ ਨੂੰ ਵੀ ਠੀਕ ਆ ਜੀ ਹਾਂਜੀ ਇਹ ਤਾਂ ਆਫਰ ਆ ਫਿਰ ਉਹਦਾ ਮੁੱਲ ਵੱਖਰੇ ਕਰੋਗੇ ਜੀ ਵੇਚਣੀ ਉਹ ਵਾਰਡ ਆਪਾਂ ਤੁਹਾਨੂੰ ਦੋਸਤੋ ਇੱਕ ਮੋਟੇ ਤੌਰ ਤੇ ਦਿਖਾ ਦਿੰਦੇ ਆ ਬਾਕੀ ਡਿਟੇਲ ਆਪਾਂ ਉਹਦੀ ਲਾਈਨ ਟੂ ਲਾਈਨ ਜਿਹੜੀ ਬਾਅਦ ਵਿੱਚ ਲੈ ਲਾਂਗੇ ਠੀਕ ਆ ਜੀ ਵਾਰੀ ਵਾਰੀ ਦੇ ਨਾਲ ਉਹਦੀ ਡਿਟੇਲ ਲੈ ਲਾਂਗੇ ਵੈਡ ਦੀ ਆਹ ਵੈਡ ਜੀ ਦੀ ਵੀਰ ਨੇ ਗੱਲ ਕੀਤੀ ਆ 5 ਕਿਲੋ ਜਿਹੜਾ ਦੁੱਧ ਇਸ ਦੇ ਥੱਲੇ ਮੌਕੇ ਤੇ ਹੁਣ ਹਾਜ਼ਰ ਆ ਤੇ 4 ਮਹੀਨੇ ਦੀ ਗੱਭਣ ਚੈੱਕ ਪਾਸ ਆ ਤੇ ਵੈੜੀ ਦੂਜੇ ਸੂਬੇ ਸੁਣੀ ਅੱਗੇ ਦੂਜੇ ਸੂਬੇ ਸੁਣੀ ਆ ਜੀ ਠੀਕ ਆ ਦੂਜੇ ਸੂਬੇ ਸੁਣੀ ਤੇ ਮਗਰਲਾ ਇੱਕ ਥਣ ਸਖਤ ਆ ਬਾਕੀ ਥਣ ਥੁਣ ਦੀ ਤੁਸੀਂ ਇੱਕ ਵਾਰੀ ਜ਼ਰੂਰ ਦੇਖ ਲਓ ਆਹ ਕਰ ਲਓ ਚੈੱਕ ਜੀ ਆਹ ਥਣ ਲੱਗਾ ਜੀ ਠੀਕ ਆ ਜੀ ਤੇ ਮਗਰਲਾ ਜਿਹੜਾ ਬਹਿਣੀ ਵਾਲਾ ਜਿਹੜਾ ਮਗਰਲਾ ਥਣ ਹੈ ਉਹਦੇ 'ਚ ਧਾਰ ਸਖਤ ਆ ਇਹ ਜ਼ਰੂਰ ਤੁਸੀਂ ਨੋਟ ਕਰ ਲਿਓ ਅਤੇ ਉਸ ਵੈੜ ਦੇ ਨਾਲ ਜਿਹੜੀ ਦੋਸਤੋ 55,000 ਦੇ ਵਿੱਚ ਜਿਹੜੀ ਦੇਲ ਹੈਗੀ ਅਤੇ 200 ਰੁਪਈਆ ਛੋਟ ਆ ਜਿਹੜੀ ਪਹਿਲੇ ਨੰਬਰ 'ਤੇ ਆਪਾਂ ਤੁਹਾਨੂੰ ਇਹ ਵੈੜ ਦਿਖਾ ਰਹੇ ਹਾਂ ਠੀਕ ਆ ਮਗਰ ਵੱਛੀ ਇਹਦੇ ਮਗਰ ਵੱਛੀ 3,55 ਚੌਥੀ ਵੱਛੀ ਫੇਰ ਦੇ ਦੀ ਗਾਂ ਨੇ 4 ਹੋਈਆਂ 55 ਠੀਕ ਆ ਵੀਰ ਠੀਕ ਆ ਅਤੇ ਇਹ ਤਾਂ ਹੈਗੀ ਜਿਹੜੀ ਦੋਸਤੋ ਪਹਿਲੇ ਨੰਬਰ ਵਾਲੀ ਇਸ ਵੈੜ ਦੀ ਗੱਲਬਾਤ ਜੇਕਰ ਤੁਸੀਂ ਇਕੱਲੀ ਖਰੀਦਣੀ ਤਾਂ 50,000 ਦੇ ਵਿੱਚੋਂ 2,000 ਰੁਪਏ ਛੋੜੋ 200 ਰੁਪਈਆ ਛੋਟ ਕਰੂੰਗਾ ਅਤੇ 48,000 ਦੇ ਵਿੱਚੋਂ 200 ਛੋਟ ਕਰੂੰਗਾ ਠੀਕ ਆ ਜੀ 20 ਕਿਲੋ ਦੁੱਧ ਵੈੜੀ ਚ ਪਾਊਗੀ ਆਈਟਮ 15 ਕਿਲੋ ਕੋਈ ਵੀ ਲੀਟਰ ਮਾਰ ਲਿਆ ਆਪਣੇ ਘਰੇ ਬਿਲਕੁਲ ਜੀ ਬਿਲਕੁਲ ਲਓ ਵੀ ਦੋਸਤੋ ਜਿਸ ਕਿਸਾਨ ਵੀਰ ਨੂੰ ਕੋਈ ਚੀਜ਼ ਆਫਰ ਚੰਗੀ ਲੱਗੇ ਤਾਂ ਤੁਸੀਂ ਬੇਸ਼ੱਕ ਇਸ ਤਰੀਕੇ ਨਾਲ ਸੌਦਾ ਕਰ ਲਿਓ ਅਤੇ ਜੇਕਰ ਤੁਹਾਨੂੰ ਇਕੱਲੀ ਉਹ ਵੈੜ ਵੱਖਰੀ ਖਰੀਦਣੀ ਹੋਈ ਕਿਸੇ ਵੀਰ ਨੇ ਤਾਂ ਉਹਦੇ ਬਾਰੇ ਆਪਾਂ ਅੱਗੇ ਵੱਖਰੇ ਤੌਰ ਤੇ ਗੱਲ ਕਰ ਲਾਂਗੇ ਅਤੇ ਅਗਲੀ ਵੈੜ ਦੀ ਵੀਰ ਦੀ ਕੀ ਹੁਣ ਸਥਿਤੀ ਆ ਇਹ ਵੀ ਭਾਜੀ ਤੀਜੇ ਸੂਏ ਸੂਈ ਜੋ ਹਾਂਜੀ ਪਰਸੋਂ ਸੂਈ ਜੋ ਠੀਕ ਮਗਰ ਇਹਦੇ ਵੀ ਵੱਛੀ ਜੋ ਇਹਦੇ ਮਗਰ ਵੀ ਬੱਚਾ ਇਹਦੇ ਮਗਰ ਵੀ ਜਿਹੜੀ ਬੱਚੀ ਹੈ ਦੋਸਤੋ ਵੱਛੀ ਆ ਗਈ 20 ਮਿਲਕਾ ਵੱਛੀ ਵੇਖੋ ਪਿਓਰ ਆ ਜੀ ਤੇ ਇਹ ਵੀ ਪਰਸੋਂ ਦੀ ਸੂਈ ਆ ਪਰਸੋਂ ਸੂਈ ਭਾਜੀ ਆਪਣੇ ਸ਼ਾਮੀ ਵੀ ਸੂਈ ਪਰਸੋਂ ਇਹ ਠੀਕ ਆ ਹਾਂਜੀ ਤੇ ਵੈੜੀ ਆਪ ਦੂਜਾ ਸੂਆ ਕਿ ਤੀਜਾ ਤੀਜੇ ਸੂਆ ਜੀ ਥੋੜੀ ਫਿੱਕੀ ਜ਼ਰੂਰ ਆ ਤੀਜੇ ਸੂਏ ਸੂਈ ਆ ਤੀਜਾ ਸੂਆ ਜਿਹੜਾ ਦੋਸਤੋ ਸੂਈ ਆ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਤੇ ਥਣਾ ਥੁਣਾ ਦੇ ਭਰਾ ਚੰਗਾ ਮੈਂ ਕਹਿੰਦਾ ਇੱਕ ਨੰਬਰ ਆ ਜੀ ਕੋਈ ਭੂਰ ਛਿੱਟਾ ਥਣ ਵਾਸਤੇ ਕਰੋ ਆਪਣੀ ਜ਼ਿੰਮੇਵਾਰੀ ਹੋਊਗੀ ਠੀਕ ਆ ਜੀ ਹਾਂਜੀ ਠੀਕ ਆ ਬਾਕੀ ਦੁੱਧ ਹੁਣ ਮੌਕਾ ਬੋਲਿਆ ਕਿੰਨਾ ਜੀ 9 ਲੀਟਰ ਬੋਲਿਆ ਵਾ ਜੀ ਜਿਹੜਾ ਮਤਲਬ ਕਿਸੇ ਭੈਣ ਨੇ ਚੋਲਣਾ ਮੈਂ ਕਹਿੰਦਾ ਪਾਉ ਜਿੱਦਾਂ ਮਰਜੀ 2 ਟਾਈਮ ਆਪਣੇ ਘਰੇ ਚੋਲੇ ਠੀਕ ਆ ਹਾਂਜੀ ਲਓ ਵੀ ਦੋਸਤੋ ਕਰੋ ਚੈੱਕ ਆਪਾਂ ਤਾਂ ਨੰਬਰ ਵਾਲੀ ਹੈ ਭਾਜੀ 12-13 ਕਿਲੋ ਦੁੱਧ ਚੋਣਾ ਉਗਾਣੇ ਪੱਧਰ ਥਣ ਦੇ ਬਾ ਕੋਈ ਇਹ ਨਹੀਂ ਵੀ ਕਾਣਸਾਰ ਹੈਗੀ ਕਿਸੇ ਹਵਾਨੇ ਜਾਂ ਕਿਸੇ ਸਾਈਡ ਵਾਲੇ ਪਾਸਿਓ ਤੇ ਆਹ ਬਹਿਣੀ ਵਾਲੇ ਪਾਸੇ ਤੋਂ ਵੀ ਥਣ ਦੇ ਨਹੀਂ ਬਹਿ ਜਾ ਥੱਲੇ ਬਹਿ ਜਾ ਮਾੜੇ ਦਾ ਆਹ ਕਰੋ ਚੈੱਕ ਮਾੜਾ ਮਾਰ ਦਿਓ ਜੀ ਕੋਈ ਗੱਲ ਨਹੀਂ ਜਿੱਦਾਂ ਇਹ ਦੇਖੋ ਭਾਜੀ ਜਦੋਂ ਤਾਂ ਡਰਦੀ ਕਰਕੇ ਐ ਸੀਲ ਠੰਡੀ ਕੁਝ ਚੱਕਰ ਹੀ ਨਹੀਂ ਹੁੰਦਾ ਲੈ ਵੇਖੋ ਠੀਕ ਆ ਜੀ ਹਾਂਜੀ ਬਾਕੀ ਦੋਸਤੋ ਆਪਣਾ ਵੀ ਤੁਸੀਂ ਇੱਥੇ ਘਰ ਵਿਜ਼ਿਟ ਕਰਕੇ 2 ਟਾਈਮ ਦੀ 3 ਟਾਈਮ ਦੀ ਖੁੱਲ੍ਹਾ ਜਿਹੜਾ ਇੱਕ ਸੱਦਾ ਹੁੰਦਾ ਵੀ ਆਪਣੀ ਚਵਾਈ ਕਰਕੇ ਫਿਰ ਪੈਸੇ ਲਾਇਆ ਕਰੋ ਠੀਕ ਆ ਜੀ ਅੱਗੋਂ ਵੀਰ ਵੀ ਜਿੱਥੋਂ ਲੈ ਕੇ ਆਉਂਦੇ ਪਸ਼ੂ ਤਸੱਲੀ ਆਪਣੀ ਕਰਕੇ ਲੈ ਕੇ ਆਉਂਦੇ ਆ ਤੁਸੀਂ ਵੀ ਆਪਣੀ ਤਸੱਲੀ ਕਰਕੇ ਲੈ ਕੇ ਜਾਇਓ ਅਤੇ ਇਹਦਾ ਹੈਪੀ ਬਾਈ ਕਿੰਨਾ ਮੁੱਲ ਇਹਦਾ ਭਾਜੀ ਮੁੱਲ 32,000 ਰੁਪਈਆ ਹਾਂਜੀ 28,000 ਦੀ ਜੈਸ ਨੂੰ ਹੀ ਆ 28,000 ਹਾਂਜੀ 4,000 ਤੋਂ 200 ਰੁਪਈਆ ਛੋਟ ਕਰਾਂਗੇ 28,000 ਠੀਕ ਹੈ ਖੁੱਲ੍ਹ ਕੇ ਵੀਰ ਦਿਖਾਈਏ ਜੀ 12-13 ਕਿਲੋ ਚਵਾਈ ਆਊਗੀ ਠੀਕ ਆ ਤੇ ਹੁਣ 9 ਲੀਟਰ ਜਿਹੜਾ ਦੋਸਤੋ ਇਸੇ ਥੱਲੇ ਹੈਗਾ ਠੀਕ ਆ ਬੌਲੇ ਦੇ ਵਿੱਚ ਮੰਨ ਕੇ ਤੁਸੀਂ ਲੈ ਕੇ ਜਾ ਸਕਦੇ ਹੋ ਅੱਜ ਤੀਜੇ ਦਿਨ ਦੇ ਵਿੱਚ ਆ ਮਗਰ ਵੱਛੀ ਆ ਇਸ ਵੈੜ ਦੇ ਥੱਲੇ ਵੀ ਉਹੋ ਜੀ ਭਾਈ ਗੋਰ ਫੁਰਤੀ ਵਾਲੀ ਆ ਬਿਲਕੁਲ ਬਿਲਕੁਲ ਥੋੜੀ ਜਿਹੀ ਵੀਰਾਂ ਦਾ ਲੱਸੀ ਜ਼ਰੂਰ ਕਿਉਂਕਿ ਅੱਗੋਂ ਕਿਸੇ ਘਰ ਪਰਿਵਾਰ ਦੀ ਓਨੀ ਕੁ ਸਾਂਭ ਸੰਭਾਲ ਹੁੰਦੀ ਆ ਜਿੱਥੋਂ ਕਈ ਪਸ਼ੂ ਅੱਗੋਂ ਆਪਾਂ ਲੈ ਕੇ ਆਉਂਦੇ ਆ ਤੇ ਬਾਕੀ ਅੱਗੇ ਜਿਹੜਾ ਵੀਰ ਕੋ ਸੇਵਾ ਚੰਗੀ ਕਰ ਲੂਗਾ ਤੇ ਵੈੜ ਭਰ ਵੀ ਜਾਊਗੀ ਤੇ ਹਵਾਨਾ ਤੁਸੀਂ ਬਿਲਕੁਲ ਵੇਖ ਲਓ ਪੱਧਰ ਜਿਹੜਾ ਲੇਵਾ ਹੈਗਾ ਠੰਡੀ ਆ ਜੀ ਆਹ ਕਰੋ ਚੈੱਕ ਜੀ ਜਿੱਦਾਂ ਇੱਧਰ ਦੇਖੋ ਜੀ ਆਹ ਦੇਖੋ
ਆ ਕਰੋ ਜੀ, ਚਲੋ ਠੀਕ ਹੈ ਜੀ। ਇਹ ਨਾ ਕੋਈ ਵੀਰ ਕਹਿੰਦੇ ਭਣੀ ਉੱਦਾਂ ਹੀ ਕਹੀ ਜਾਂਦਾ, ਦੰਦ ਮੂੰਹ ਦੀ ਵੀ ਕਾਇਮ ਜੋ। ਆ ਦੰਦ ਵੀ ਵੇਖੋ ਸਾਰੇ ਪ੍ਰੋਪਰ, ਠੀਕ ਹੈ ਜੀ, ਕੋਈ ਕਸਾਈ ਨਹੀਂ ਹੈਗੀ। ਚਲੋ ਜੀ, ਸਾਂਭੀ ਨਹੀਂ ਕਿਸੇ ਨੇ, ਕੋਈ ਵੀ ਸਾਂਭ ਵਾਲਾ ਲਾ ਗਿਆ 12-13 ਕਿਲੋ ਦਰਮਾਨ ਨਾਲ ਚਲਾਉਗੇ। ਬਿਲਕੁਲ ਨਹੀਂ, ਵੈਟ ਚੰਗੀ ਆ ਤੇ 12-10-11-12 ਲੀਟਰ ਵੀ ਚਵਾਈ ਗਈ ਤਾਂ ਬਹੁਤ ਵਧੀਆ। 28 7 ਕਿਲੋ ਹੁਣ ਮੌਕੇ ਤੇ ਬਿਲਕੁਲ ਰੈਡੀ ਆ ਦੋਸਤੋ ਠੀਕ ਆ ਬਾਕੀ ਆਹ ਥਣ ਹਵਾਨਾ ਜੀ ਠੀਕ ਆ, ਆਹ ਕਰੋ ਚੈੱਕ, ਸੀਲ ਸਭ ਪੂਰੀ ਆ, ਠੰਡੀ ਸੀਲ ਸਲਾਗ ਆ, ਕਿਸੇ ਤਰ੍ਹਾਂ ਕੋਈ ਨਿਆਣਾ ਨੂੰ ਨਾ ਪਾਉਣਾ ਪੈਂਦਾ? ਨਾ ਜੀ, ਨਾ ਕੋਈ ਨਿਆਣਾ ਨੂੰ ਨਾ ਪਾਉਣ ਦੀ ਲੋੜ ਨਹੀਂ, ਇਦਾਂ ਹੀ ਆ ਲਓ ਜੀ ਠੀਕ ਆ। ਕੋਈ ਨਿਆਣਾ ਪਾਉਣ ਦੀ ਲੋੜ ਨਹੀਂ, ਇਦਾਂ ਤੋਂ ਦਾਣਾ ਸੁੱਟ ਕੇ ਥੱਲੇ ਬਹਿ ਜਾਓ ਜੀ ਇਹਦੇ। ਆ ਕਰੋ ਚੈੱਕ ਭਰਾਓ, ਹਾਂਜੀ ਇਤਨੇ ਬਸ ਚਵਾਈ ਹੋ ਜਾਣੀ ਆ ਤੇ ਹੈਪੀ ਬਾਈ 3 ਮਹੀਨੇ ਦੀ ਗੱਭਣ ਚੈੱਕ ਪਾਸ, ਚੈੱਕ ਪਾਸ ਆਪਦਾ ਵੀ ਡਾਕਟਰ ਲੈ ਤਸੱਲੀ ਕਰਾਏ ਖੜੇ ਜੀ। ਹਾਂ ਠੀਕ ਆ, ਤੇ ਮੇਰੇ ਮੁੱਲ ਮੁੱਲੇ ਦਾ ਵੀਰ ਜੀ 20,000 ਰੁਪਇਆ, 18,000 ਤੋਂ 200 ਛੋੜ ਕਰਾਂਗੇ। ਠੀਕ ਆ, ਹਾਂਜੀ 18,000 ਦੇ ਵਿੱਚੋਂ ਜਿਹੜੀ 200 ਛੋੜ ਦੇ ਵਾਲਾ ਵੀਰ ਲੱਗਾ, ਦੁੱਧ ਨੇ 8-9 ਕਿਲੋ ਚ ਆਉਣਾ ਜੋ। ਠੀਕ ਆ ਵੀਰ, ਇਹ ਵੀਰ ਨੂੰ ਸੇਵਾ ਸੀ ਬਣੇਗਾ ਬਈ, ਇੱਕੋ ਕਰੋ ਲੈਣਾ ਦੋਵੇਂ ਵੜਾ, ਸੇਵਾ ਸੁਭਾ ਘੱਟ ਉਹਨਾਂ ਦੇ ਦਿੰਦੀਆਂ ਦੋਵੇਂ। ਠੀਕ ਆ ਜੀ, ਲਓ ਵੀ ਦੋਸਤੋ ਕਰੋ ਚੈੱਕ, ਸ਼ਾਹੀਵਾਲ ਜਰਸੀ ਦਾ ਕਰਾਓ ਤੇ ਸ਼ਾਹੀਵਾਲ ਜਰਸੀ ਦਾ ਜਿਹੜਾ ਕਰਾਸ ਹੈਗਾ ਠੀਕ ਆ, ਤੇ ਆਪਦੇ ਵੱਲੋਂ ਤਾਂ ਬਾਈ ਹੁਣ ਚੈੱਕ ਕਰਾਈ ਆ ਤਸੱਲੀ ਆ, ਪਰ ਜਿਹੜੇ ਵੀਰ ਨੇ ਅੱਗੇ ਖਰੀਦਣੀ ਆ ਉਹ ਤੁਸੀਂ ਖਾਸ ਤੌਰ ਤੇ ਆਪ ਵੀ ਤਸੱਲੀ ਕਰ ਲਿਓ, ਆਪਣਾ ਡਾਕਟਰ ਨਾਲ ਲਿਆ ਕੇ ਜਾਂ ਲੋਕਲੋਂ ਕਿਤੇ ਡਾਕਟਰ ਲੈ ਕੇ ਜਿਹੜੀ ਤਸੱਲੀ ਕਰਵਾ ਲਿਓ ਠੀਕ ਆ ਜੀ। ਤੇ 7 ਲੀਟਰ ਜਿਹੜਾ ਬਿਲਕੁਲ ਰੈਡੀ ਦੁੱਧ ਆ ਥੱਲੇ ਇਸਦੇ, ਤੇ ਹਵਾਨੇ ਦੀ ਜਿਹੜੀ ਆ ਸਾਫ ਦਿਸਦੀ ਪਈ ਆ ਜਿੱਥੋਂ ਤੱਕ ਆਪਾਂ ਦੇਖ ਰਹੇ ਹਾਂ, ਤੇ ਥਣ ਥੁਣ ਵੀ ਚੰਗਾ ਮੁੱਠੀ ਜਿਹਾ ਆਉਣ ਵਾਲਾ ਥਣ, ਤੇ ਮੀਡੀਅਮ ਹਾਈਟ ਦੇ ਵਿੱਚ ਇੱਕ ਰੰਗ ਆ ਠੀਕ ਆ ਜੀ, ਗੁੜ ਵਰਗਾ ਰੰਗ ਆ ਆ ਕਰੋ ਚੈੱਕ ਜੀ, ਆਹ ਦੇਖੋ ਠੀਕ ਆ। ਹਾਂ ਮੁੜ ਗਈ ਵੀਰ, ਬਾਕੀ ਫੇਸ ਫੂਸ ਦੀ ਕੁਆਲਿਟੀ ਵੀ ਚੰਗੀ ਆ ਠੀਕ ਆ, ਅਤੇ 20,000 ਡਿਮਾਂਡ ਆ ਅਤੇ 18,000 ਦੇ ਵਿੱਚੋਂ 200 ਰੁਪਈਆ ਜਿਹੜੀ ਛੋਟ ਹੈਗੀ ਆ ਠੀਕ ਆ। ਠੀਕ ਆ, ਵੈੜ ਚੰਗੀ ਆ ਦੋਸਤੋ ਠੀਕ ਆ। ਜੇਕਰ ਅੱਜ ਕੋਈ ਲੈ ਕੇ ਜਾਂਦਾ ਕਿਸਾਨ ਵੀਰ ਤੇ ਅੱਗੇ ਤਕਰੀਬਨ ਸੂਣਾ ਵੀ ਜਿਹੜਾ ਲਾਜ਼ਮੀ ਹੈਗਾ ਕਿਉਂਕਿ ਪਸ਼ੂ ਗੱਭਣ ਭਾਜੀ, ਜੇ ਇਹਨੇ ਕੋਈ ਵੀਰ ਸੇਵਾ ਲੈ ਗਿਆ ਨਾ ਤੇ 4 ਮਹੀਨੇ ਦੁੱਧ ਵੀ ਚਵਾ ਜਾਣਾ। ਬਿਲਕੁਲ, 7 ਮਹੀਨੇ ਵਧੀਆ ਗਣ ਮੇਲਾ, 2 ਮਹੀਨੇ ਆ ਛੱਡਣੀ ਪੈਂਦੀ ਉਹ ਆਂਦੇ। ਬਿਲਕੁਲ ਹਾਂਜੀ, ਤੇ ਅਗਲੀ ਵੀਰ ਆ ਗਈ ਜਰਸੀ ਦੇ ਵਿੱਚ ਆ ਗਿਆ, ਥੋੜੀ ਜਰਸੀ ਆ ਜੀ ਭਾਜੀ ਠੀਕ ਆ, ਜਰਸੀ ਤੇ ਸ਼ਾਹੀਵਾਲ ਦਾ ਵਿੱਚ ਕ੍ਰੋਸ, ਸ਼ਾਹੀਵਾਲ ਦੇ ਵਿੱਚ ਨਾ ਠੀਕ ਆ। ਇਹਦੀ ਵੀਰ ਹੁਣ ਕੀ ਰਿਪੋਰਟ ਆ? ਘੱਟੋ ਘੱਟ ਦੋਸਤੋ 3 ਹਫ਼ਤੇ ਖਿੱਚ ਕੇ ਲੈ ਜਾਣੇ, 20-21 ਦਿਨ ਦਾ ਸਮਾਂ ਲੈ ਜੂਗੀ ਵੈੜ ਠੀਕ ਆ। ਤੇ ਸੀਲ ਸਲੱਗ ਜਿਹੜਾ ਸਾਊ ਪੂਣਾ ਹੈਗਾ ਬਿਲਕੁਲ ਤੁਹਾਡੇ ਸਾਹਮਣੇ ਆ, ਜਿਵੇਂ ਮਰਜ਼ੀ ਇਹ ਨਾ ਵੀ ਗਰਮੀ ਦੇ ਰੱਖਣ ਵਾਲੀਆਂ ਗਾਵਾਂ ਵਾ, ਵੀ ਗਾੜੀ ਗਰਮੀ ਆ ਉਹ ਫੈਟ ਵੀ ਪੂਰੀ ਆਊਗੀ, ਕੋਈ ਗਰਮੀ ਵੀ ਨਹੀਂ ਮਨਾਉਣੀ, ਦੁੱਧ ਵੀ ਪੂਰਾ ਦੇਣਾ। ਬਿਲਕੁਲ, ਜਿਹਨੇ ਭਾਜੀ 65,000 ਲਾਉਣਾ ਮਾਈ ਤੇ
ਉਹ 20-22 ਹਜ਼ਾਰ ਦੀ 8-9 ਕਿਲੋ ਵਾਲੀ ਗਾਂ ਵਧੀਆ ਮਿਲ ਜਾਂਦੀ ਆ। ਦੋ ਤਿੰਨ ਮੱਝ ਨੇ ਵੀ ਉਹਨਾਂ ਦੇਣਾ ਫੈਟ ਹੋ ਗਾਵਾਂ ਜਿੰਨੀ ਦੁੱਧ। ਚਲੋ ਇਹਨਾਂ ਨੋਰਮਲ ਆਪਾਂ ਕਰਕੇ 10 ਲੀਟਰ 12 ਲੀਟਰ ਆਰਾਮ ਨਾਲ ਭਾਜੀ ਨੇ ਚਵਾਉਣਾ ਹੈ। ਬਿਲਕੁਲ। ਤੇ ਇਹਦਾ ਹੈਪੀ ਮੁੱਲ ਕਿੰਨਾ ਭਰਾ? ਇਹਦਾ ਭਾਜੀ ਮੁੱਲ 22 ਹਜ਼ਾਰ 20 ਹਜ਼ਾਰ 200 ਛੋੜ ਹੋਣੀ 20 ਹਜ਼ਾਰ ਦੇ ਵਿੱਚੋਂ 200 ਛੋੜ। ਮੀਡੀਅਮ ਹਾਈਟ ਦੀ ਆ ਦੋਸਤੋ, ਠੀਕ ਆ, ਮੀਡੀਅਮ ਹਾਈਟ ਦੀ ਆ, ਸੀਲ ਸਾਊਪੂਣਾ ਚੰਗਾ। ਤੇ ਤਿੱਪਣ ਇੱਕ ਨੰਬਰ ਸੀ ਇਹਦਾ ਜੀ? ਮੈਂ ਕਹਿੰਦਾ ਇੱਕ ਨੰਬਰ ਜੀ। ਚਾਰੇ ਥਣਾਂ ਦਾ ਗਰੰਟੀ ਉਹ ਥਣਾਂ ਦੀ ਦੇ ਪਿੱਛੇ ਦੀ ਆਪਣੀ। ਬਸ ਠੀਕ ਹੈ ਜੀ। ਹਾਂਜੀ ਜ਼ਰੂਰ। ਇਹ ਵੀ ਮੜਾ ਕਰ ਗਿਆ, ਤੋਰੀਏ ਵੀਰੇ ਨੂੰ, ਇੱਧਰ ਖੁੱਲ੍ਹਾ ਮੜਾ ਹੈ। ਤੇ ਸਮਾਂ ਜਿਹੜਾ ਦੋਸਤੋ ਬੇਸ਼ੱਕ ਵੀਰਾਂ ਦਾ ਵੀ 20 ਤੋਂ 21 ਦਿਨ ਸਮਾਂ ਲੈ ਜੂਗੀ, ਠੀਕ ਆ। ਇਹਨੇ ਭਾਈ ਦੂਜੇ ਸੂਬੇ ਸੁਣਾ ਜੋ, ਠੀਕ ਆ ਜੀ। ਮੀਡੀਅਮ ਹਾਈਟ ਦੇ ਵਿੱਚ ਆ, ਜਿਵੇਂ ਜਰਸੀ ਦੀ ਆਪਾਂ ਹਾਈਟ ਦੇਖਦੇ ਹਾਂ, ਜਿਵੇਂ ਆਪਾਂ ਨੋਰਮਲ ਜਰਸੀ ਦੇਖਦੇ ਹਾਂ ਉਹੋ ਜਿਹੀ ਹਾਈਟ ਦੇ ਵਿੱਚ ਇਹ ਬੈਡ ਆ, ਦਰਮਿਆਨੀ ਜਿਹੜਾ ਕੱਦ ਦੀ ਆ। ਇਹ ਜ਼ਰੂਰ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ, ਬਾਕੀ ਮੁੱਲ ਜਿਹੜਾ ਵੀ ਦੱਸਦਾ, ਠੀਕ ਆ। ਆ ਕਰੋ ਚੈੱਕ, ਠੀਕ ਆ, ਤੋਰਾ ਤਾਰਾ ਬਹੁਤ ਸੋਹਣਾ ਹੈਗਾ ਤੇ ਲਾਹੇ ਪਈ ਆ। ਦੇਖੋ ਦੇਖੋ ਜੀ, ਆ ਕਰੋ ਚੈੱਕ ਜੀ, ਠੀਕ ਹੈ ਜੀ। ਲਓ ਜਿਵੇਂ ਮਰਜ਼ੀ ਬੈਠੇ ਰਹੋ, ਸੀਲ ਸਾਊਪਣਾ ਬਹੁਤ ਜ਼ਿਆਦਾ। ਦੁੱਧ ਭਾਜੀ ਕਿਲੋ ਖੜ ਚੱਲ ਜਾਂਦਾ, ਡੰਗਰ ਸੀਲ ਸਾਊ ਹੋ ਗਏ ਜੀ। ਬਿਲਕੁਲ ਜੀ, ਬਿਲਕੁਲ। ਅੱਛਾ ਇਹਦਾ ਵੀਰ ਹੈਪੀ 20 ਹਜ਼ਾਰ 20 ਹਜ਼ਾਰ ਭਾਈ 200 ਛੋੜ ਮੁੱਲ ਪਾਈ ਆ ਹੁਣ ਦੇ ਸਮੇਂ ਦਾ। ਜੇ ਕੋਈ ਤਿਆਰ ਹੋਈ ਫੜੂ ਫਿਰ ਉਸ ਹਿਸਾਬ ਨਾਲ ਹਿਸਾਬ ਕਰਾਂਗੇ, ਠੀਕ ਹੈ ਵੀ। ਭਾਈ ਸਾਨੂੰ ਪਤਾ 27-28 ਹਜ਼ਾਰ ਦੀ ਗਾਵਾਂ ਤਿਆਰ ਹੋਈ, 30 ਦੀ ਵੇਚ ਲਈ ਦੀ ਜਰਸੀ ਆ। ਬਿਲਕੁਲ। ਹਾਂਜੀ ਵੇਖੋ ਜੀ, ਠੀਕ ਆ। ਜ਼ਰੂਰ ਤੁਸੀਂ ਦੋਸਤੋ ਨੋਟ ਕਰ ਲਿਓ, ਖਰੀਦ ਸਕਦੇ ਜੇ ਕਿਸੇ ਵੀਰ ਦੀ ਜਿਹੜੀ ਜ਼ਰੂਰਤ ਆ ਛੋਟਾ ਰੇਟ ਲਾਉਣ ਦੀ, ਠੀਕ ਹੈ ਜੀ, ਵਾਜਬ ਭਾਅ ਲਾਉਣ ਦੀ। ਤਿਆਰੀ ਚੁੱਕ ਗਈ ਆ ਉਹ ਬੈਡ 28 ਹਜ਼ਾਰ ਬਸ ਜੀ। ਤੇ ਬਿਲਕੁਲ ਇਸ ਤੋਂ ਬਾਅਦ ਜਿਹੜੀ ਇੱਕ ਲਾਸਟ ਐਂਡ ਫਾਈਨਲ ਤੇ ਬੈਡ ਸੀਗੀ, ਜਿਹਦੇ ਬਾਰੇ ਬਾਈ ਨੇ ਗੱਲ ਕੀਤੀ ਸੀ ਵੀ ਆਫਰ ਦੇ ਵਿੱਚ ਆ, ਪਹਿਲੀ ਬੈਡ ਦੇ ਨਾਲ ਜਿਹੜੀ ਤਾਜ਼ੀ ਸੂਈ ਆ ਤੀਜੇ ਦਿਨ ਦੇ ਵਿੱਚ ਆ, ਮਗਰ ਵੀ ਵੱਛੀ ਆ, ਤੇ 15-14 ਦੇ ਦਰਮਿਆਨ ਜਿਹੜਾ ਉਸੇ ਬੋਹੜਾ ਚੱਲਣ ਡਿਆ, ਠੀਕ ਆ। ਤੇ ਚਵਾਈ ਤੁਸੀਂ ਉਹਦੀ ਵੀ ਤਸੱਲੀ ਨਾਲ ਕਰ ਲਿਓ, ਉਹਦੇ ਨਾਲ ਪਈ ਜਾਂਦਾ ਸੀ ਵੀ ਇਹ ਫ੍ਰੀ ਆ, ਗਿਫਟ ਆ। ਬਾਕੀ ਡਿਟੇਲ ਇਹਦੀ ਵੱਖਰੇ ਤੌਰ ਤੇ ਪੁੱਛ ਲੈਂਦੇ ਆ ਵੀ ਕਿੰਨੇ ਦੀ ਇਹ ਜਿਹੜੀ ਕੱਲੀ ਕਿਸੇ ਨੇ ਲੈਣੀ ਆ, ਖਰੀਦਣੀ ਆ, ਤੇ ਕਿੰਨੇ ਦੀ ਆ, ਉਹਦੇ ਨਾਲ ਕੀ ਭਾਅ ਪੜਤਾ ਪਊਗਾ, ਤੁਸੀਂ ਆਪ ਜੱਜਮੈਂਟ ਕਰ ਲਿਓ, ਨਰਕ ਪਰਖ ਕਰ ਲਿਓ। ਤੇ ਬਾਈ ਹੈਪੀ ਇਸ ਬੈਡ ਦੀ ਪੂਰੀ ਡਿਟੇਲ ਦੱਸ ਦੇ ਵੀ ਕਿੰਨੇ ਮਹੀਨੇ ਦੀ ਗੱਬਣ, 4 ਮਹੀਨੇ ਦੀ ਗੱਬਣ ਆ। ਹਾਂਜੀ, ਆਪਦਾ ਕੋਈ ਵੀ ਡੇਟਰ ਲਿਆ ਵੇ ਇੱਥੇ ਆਪਣੇ ਘਰੇ ਚੈੱਕ ਕਰਵਾ ਕੇ ਲਿਆ ਜੇ। ਹਾਂਜੀ, ਜਿੱਦਾਂ ਮਰਜ਼ੀ ਡੇਟਰ ਲਿਆ ਵੀ ਚੈੱਕ ਕਰਵਾ ਕੇ ਲਿਆ ਜੇ, 5 ਕਿਲੋ ਦੁੱਧ ਆ 12 ਹਜ਼ਾਰ ਰੁਪਇਆ ਮੁੱਲ ਆ, ਠੀਕ ਆ ਜੀ, 1000 ਛੱਡੂਗਾ ਚੋ ਜੇ ਇਕੱਲੀ ਕੋਈ ਲੈ ਕੇ ਜਾਵੇ, ਇਕੱਲੀ ਲੈ ਕੇ ਜਾਵੇ ਜੇ ਕੋਈ ਉਹਦੇ ਨਾਲ ਖੜੇ ਤੇ ਫਿਰ ਇਹ 6 ਹਜ਼ਾਰ ਦੀ ਰਹਿੰਦੀ ਜੋ। ਬਿਲਕੁਲ, 54.5 ਕਹਿਣਾ ਪੂਰੇ 54 ਹਜ਼ਾਰ ਦੀ ਦੇ ਦੂੰਗਾ, ਇਹਦੇ ਨਾਲ ਵੀ ਖੜੇ ਉਹਦੇ ਫਿਰ 6 ਹਜ਼ਾਰ ਚ ਰਹਿੰਦੀ, 5 ਹਜ਼ਾਰ ਦਾ ਫਾਇਦਾ ਹੁੰਦਾ ਜੋ। ਬਿਲਕੁਲ ਬਿਲਕੁਲ, ਹਾਂਜੀ, ਜੇ ਇਕੱਲੀ ਖੜੂ ਤਾਂ 11 ਹਜ਼ਾਰ ਦੀ ਦਊਗਾ ਜੋ, ਮਤਲਬ ਕਿ 12 ਹਜ਼ਾਰ ਮੁੱਲ ਕੀਤਾ ਸੀ ਹੁੰਦਾ, 12 ਹਜ਼ਾਰ ਮੁੱਲ 11 ਦੀ ਦਊਗਾ। ਅੱਛਾ, ਉਹਦੇ ਨਾਲ ਫਿਰ ਇਹਨਾਂ ਵੀ ਕੋਈ ਭੈਣ ਭਰਾ ਨੂੰ 5 ਹਜ਼ਾਰ 6 ਹਜ਼ਾਰ 5 ਹਜ਼ਾਰ ਘੱਟ ਫਾਇਦਾ ਹੋ ਜਾਣਾ, ਲੈਸ ਹੋ ਜਾਣਾ, ਠੀਕ। ਹਾਂਜੀ, ਸੋ ਦੋਸਤੋ ਜ਼ਰੂਰ ਤੁਸੀਂ ਨੋਟ ਕਰ ਲਿਓ ਤੇ ਖੋਲ੍ਹ ਕੇ ਆਪਾਂ ਤੁਹਾਨੂੰ ਤੋਰ ਕੇ ਬੈਠ ਦਿਖਾ ਦਿੰਦੇ ਮਾੜੀ ਜੀ ਇੱਧਰ, ਠੀਕ ਆ। ਇੱਕ ਮਗਰਲੇ ਥਾਣੋਂ ਥੋੜਾ ਦੱਸਿਆ ਵੀ ਟਾਇਰ ਚੱਲਦਾ ਜੀ, ਥਾਂ ਟਾਇਰ ਆ ਤਾਂ ਤਾਰ ਆਉਂਦੀ ਹੈ ਵਿੱਚ, ਹਾਂਜੀ ਤਾਰ ਆਉਂਦੀ ਆ ਤੇ ਬਾਕੀ ਪੂਰੇ ਵਰਦੇ ਤਿੰਨੇ ਥਣ ਵੀ ਜਾਦੇ, ਠੀਕ ਆ ਜੀ। ਆ ਕਰੋ ਚੈੱਕ ਦੋਸਤੋ, ਠੀਕ ਆ। ਤੇ ਹੁਣ 5 ਕਿਲੋ ਦੋਨੋਂ ਟਾਈਮ ਮਿਲਦੀ ਆ ਤੇ 5 ਕਿਲੋ ਹਾਜ਼ਰ ਆ ਦੁੱਧ, ਠੀਕ ਆ। ਤੇ ਗੱਬਣ ਜਿਹੜੀ ਉਹ ਵੀ 4 ਮਹੀਨੇ ਦੀ ਆ, ਚੈੱਕ ਪਾਸ ਮੇਰਾ ਵੀਰ ਕੋਈ ਵੀ ਆਵੇ ਡਾਕਟਰ ਆਪਣਾ ਨਾਲ ਲੈ ਕੇ ਆਇਓ, ਚੈੱਕ ਕਰਾ ਕੇ ਤਸੱਲੀ ਦੇ ਨਾਲ ਫੇਰ ਲੈ ਕੇ ਜਾਇਓ। ਤੇ ਪਹਿਲੀ ਬੈਡ ਦੇ ਨਾਲ ਜਿਹੜੀ ਦੋਸਤੋ ਵੀਰ ਨੇ ਚਾਹੇ ਆਫਰ ਸਮਝ ਲਓ ਚਾਹੇ ਇੱਕ ਕਹਿ ਦਿੱਤਾ ਸੀ ਵੀ ਇਹ ਨਾਲ ਦੇ ਦਾਂਗੇ 54 ਹਜ਼ਾਰ ਦੇ ਵਿੱਚ, ਠੀਕ ਆ। ਤੇ ਜੇਕਰ ਕਿਸੇ ਵੀਰ ਨੇ ਵੱਖਰੀ ਇਹ ਬੈਡ ਖਰੀਦਣੀ ਹੋਈ ਤਾਂ ਤੁਸੀਂ 12 ਹਜ਼ਾਰ ਇਹਨੇ ਮੁੱਲ ਕੀਤਾ ਵੀਰ ਹੈਪੀ ਨੇ, ਤੇ 12 ਹਜ਼ਾਰ ਦੇ ਵਿੱਚੋਂ 1000 ਸਿੱਧਾ ਜਿਹੜਾ ਮਤਲਬ ਛੋਟ ਕਰਤੀ ਸੀ ਵੀ 11 ਹਜ਼ਾਰ ਦੀ ਲੈ ਦੇ ਹੋ ਜੂਗੀ, ਠੀਕ ਆ। ਪਰ ਉਸ ਬੈਡ ਦੇ ਨਾਲ ਜੇਕਰ ਤੁਸੀਂ ਲੈ ਕੇ ਜਾਂਦੇ ਹੋ 50 ਹਜ਼ਾਰ ਦੀ ਬੈਡ ਆ ਤੇ 48 ਹਜ਼ਾਰ ਉਹਦਾ ਮੁੱਲ ਕੀਤਾ ਸੀ ਵੀ ਲੈ ਦੇ, 48 ਹਜ਼ਾਰ ਚੋਂ 200 ਛੋਟ ਗਈ ਸੀਗੀ,
ਉਹਦੇ ਨਾਲ ਜਿਹੜੇ ਤੁਸੀਂ ਇਹ ਲੈ ਕੇ ਜਾਂਦੇ ਹੋ ਤਾਂ ਤੁਹਾਨੂੰ 54,000 ਦੀ ਲੱਗੂਗੀ, ਠੀਕ ਆ ਜੀ। ਅਤੇ ਜੇਕਰ ਤੁਸੀਂ ਇਕੱਲੀ ਲੈ ਕੇ ਜਾਣੀ ਆ ਫਿਰ 11,000 ਦੀ, ਠੀਕ ਹੈ ਇਸ ਤਰ੍ਹਾਂ ਹੀ ਬਾਈ? ਹਾਂਜੀ ਠੀਕ ਆ। ਅਤੇ ਸਾਡਾ ਭਾਜੀ ਫਾਇਦਾ ਹੁੰਦਾ ਹੁੰਦਾ ਜੀ। ਸੰਪਰਕ ਨੰਬਰ ਕਬੀਰ ਜੀ ਮੇਰਾ ਨੰਬਰ ਹੈ 81,43,75,94,56,73,32,33। ਠੀਕ ਆ ਜੀ, ਬਾਕੀ ਇੱਕ ਵਾਰੀ ਥਾਣਾ ਦੀ ਤੁਸੀਂ ਜ਼ਰੂਰ ਦੇਖ ਲਓ, ਆਹ ਥਾਣਾ ਜੀ, ਠੀਕ ਆ ਜੀ। ਆਹ ਜਿਹੜਾ ਬਿਲਕੁਲ ਬਹਿਣੀ ਵਾਲੇ ਪਾਸੇ ਤੋਂ ਆਹ ਮਗਰਲਾ ਥਾਣਾ ਜਿਹੜਾ ਮਾੜਾ ਜਿਹਾ ਛੋਟਾ ਵਿਖਾਈ ਦੇ ਰਿਹਾ। ਨਹੀਂ ਇਹ ਨਹੀਂ ਪਰਲਾ ਭਾਜੀ, ਪਰਲਾ ਜੀ ਉਲਟ ਬਹਿਣੀ ਵਾਲਾ। ਹਾਂਜੀ ਹਾਂਜੀ ਉਲਟ ਪੈਣੀ ਵਾਲਾ ਜਿਹੜਾ ਦੋਸਤੋ ਪਰਲਾ ਥਾਣਾ ਮਗਰਲਾ, ਉਹ ਬੇਸ਼ੱਕ ਤੁਸੀਂ ਵੇਖੋਗੇ ਉਹ ਥੋੜਾ ਜਿਹਾ ਟਾਇਟ ਚੱਲਦਾ ਹੈਗਾ। ਬਾਕੀ ਜਿਹੜੀ ਚਵਾਈ ਇੱਕ ਨੰਬਰ ਹੈਗੀ ਆ, ਤੁਸੀਂ ਆਪਣੇ ਵੀ ਇੱਥੇ ਵਿਜਿਟ ਕਰਕੇ ਘਰ ਤਸੱਲੀ ਕਰ ਹੀ ਲੈਣੀ ਆ, ਠੀਕ ਆ ਜੀ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।